ਵੈਲਕਮ ਟੂ ਆਲ ਆਫ ਦੀ ਸਵਾਗਤ ਹੈ ਤੁਹਾਡੇ ਆਪਣੇ ਚੈਨਲ MSW ਸਟੱਡੀ ਦੇ ਵਿੱਚ ਔਰ ਗੱਲ ਕਰਾਂਗੇ ਪੰਜਾਬ ਸਕੂਲ ਸਿੱਖਿਆ ਬੋਰਡ ਦਾ ਇੱਕ ਨੋਟਸ ਜਿਹੜਾ ਕਹਿ ਸਕਦੇ ਆਪਾਂ ਪੀਐਸ ਟੈਟ ਜਿਹੜਾ ਤੁਹਾਡਾ ਹੋਇਆ ਸੀ 24 ਤਰੀਕ ਨੂੰ ਪੇਪਰ 1 ਤੇ ਪੇਪਰ 2 ਜਿਹੜਾ ਕਿ ਮਾਰਨਿੰਗ ਪੇਪਰ 2 ਹੋਇਆ ਸੀ ਔਰ ਈਵਨਿੰਗ ਪੇਪਰ 1 ਹੋਇਆ ਸੀ ਤਾਂ ਉਸ ਨਾਲ ਸੰਬੰਧ ਸੰਬੰਧਿਤ ਬਹੁਤ ਸਾਰੇ ਸਟੂਡੈਂਟਾਂ ਨੂੰ ਅਫੀਸ਼ੀਅਲ ਰਿਜ਼ਲਟ ਆਨਸਰ ਕੀ ਦਾ ਜਿਹੜਾ ਬੇਟ ਸੀਗੀ ਸੋ ਅਫੀਸ਼ੀਅਲ ਆਨਸਰ ਕੀ ਕਾਦਾ ਆ ਰਹੀਆਂ ਨੇ ਜਾਂ ਆ ਚੁੱਕੀਆਂ ਨੇ ਵੈਬਸਾਈਟ ਤੇ ਉਸ ਨਾਲ ਸੰਬੰਧੀ ਜਿਹੜਾ ਵਿਭਾਗ ਵੱਲੋਂ ਇੱਕ ਨੋਟਿਸ ਪਾਇਆ ਗਿਆ ਤਾਂ ਉਸ ਨੋਟਸ ਦੇ ਵਿੱਚ ਪ੍ਰੋਪਰ ਕੀ ਲਿਖਿਆ ਸਭ ਤੋਂ ਪਹਿਲਾਂ ਦੇਖ ਲਓ ਤੁਸੀਂ ਦੇਖ ਸਕਦੇ ਹੋ ਕਿ ਜਿਹੜਾ ਸਭ ਤੋਂ ਪਹਿਲਾਂ ਇਹਨਾਂ ਨੇ ਵਿਸ਼ਾ ਲਿਖਿਆ ਕਿ ਪੀਐਸਟੈਟ 2021 ਦੇ ਦੀਨ ਗ੍ਰੇਵਿਅੰਸ ਸੰਬੰਧੀ ਹਦਾਇਤਾਂ ਨੂੰ ਬੇਰਵੇ ਹੇਠ ਲਿਖੇ ਅਨੁਸਾਰ ਹੈ ਗਿਆ ਕਹਿਣ ਦਾ ਮਤਲਬ ਵੀ ਜਿਹੜੀਆਂ ਵੀ ਤੁਹਾਡੀਆਂ ਪੀਐਸਟੈਟ ਪੇਪਰ 1 ਹੈ ਚਾਹੇ 2 ਉਹਦੇ ਵਿੱਚ ਜਿਹੜੇ ਅਬਜੈਕਸ਼ਨ ਕੁਐਸਚਨ ਨੇ ਜਿਹੜੀਆਂ ਤੁਹਾਡੀਆਂ ਕੋਈ ਸ਼ਿਕਾਇਤਾਂ ਇਹਦਾ ਮਤਲਬ ਹੈ ਕਿ ਸ਼ਿਕਾਇਤਾਂ ਜਿਹੜੀਆਂ ਵੀ ਤੁਹਾਡੀਆਂ ਸ਼ਿਕਾਇਤਾਂ ਹੈਗੀਆਂ ਤਾਂ ਉਹਨਾਂ ਨੂੰ ਤੁਸੀਂ ਵਿਭਾਗ ਤੱਕ ਕਿਵੇਂ ਭੇਜ ਸਕਦੇ ਹੋ ਠੀਕ ਹੈ ਕਿਸ ਤਰ੍ਹਾਂ ਕਿਸੇ ਕੁਐਸਚਨ 'ਚ ਤੁਹਾਨੂੰ ਗ੍ਰੇ ਅੰਕ ਮਿਲ ਸਕਦਾ ਕਿਸ ਕੁਐਸਚਨ 'ਤੇ ਤੁਹਾਡੀ ਡਾਟ ਹੈ ਤਾਂ ਉਸ ਸੰਬੰਧੀ ਨਾਲ ਲਿਖਿਆ ਕਿ ਗ੍ਰੇਵਿਅੰਸ ਆਨਲਾਈਨ ਭੇਜਣ ਲਈ ਜਾਂ ਸ਼ਿਕਾਇਤਾਂ ਆਨਲਾਈਨ ਭੇਜਣ ਲਈ ਨੂੰ ਕਹਿ ਸਕਦੇ ਆ ਬਸ ਤੇ ਇਹ ਪੰਜਾਬੀ 'ਚ ਲਿਖਿਆ ਹੁੰਦਾ ਇੱਥੇ ਕਿਉਂਕਿ ਸਾਰਾ ਨੋਟਿਸ ਪੰਜਾਬੀ 'ਚ ਸ਼ਿਕਾਇਤਾਂ ਲਿਖਿਆ ਹੁੰਦਾ ਤਾਂ ਬਹੁਤ ਹੀ ਸੋਹਣੀ ਗੱਲ ਸੀ ਬਹੁਤ ਸਾਰੇ ਕੈਂਡੀਡੇਟਾਂ ਨੂੰ ਹੀ ਨਹੀਂ ਪਤਾ ਲੱਗਦਾ ਹੁੰਦਾ ਸੋ ਸ਼ਿਕਾਇਤਾਂ ਨੂੰ ਆਨਲਾਈਨ ਭੇਜਣ ਲਈ ਮਿਤੀ 30 12 2021 ਤੋਂ 2 ਜਨਵਰੀ ਤੱਕ ਦਾ ਸਮਾਂ ਦਿੱਤਾ ਜਾਏਗਾ ਕਹਿੰਦਾ ਮੱਲ 31 1 2 4 ਦਿਨ ਤੁਹਾਨੂੰ ਦਿੱਤੇ ਜਾਣਗੇ ਅਬਜੈਕਸ਼ਨ ਭਰਨ ਵਾਸਤੇ ਹੁਣ ਇੱਥੇ ਸਭ ਤੋਂ ਵੱਡੀ ਜਿਹੜੀ ਲੁੱਟ ਦਿਖਾਈ ਦੇ ਰਹੀ ਆ ਉਹ ਤੁਹਾਡੇ ਸਾਹਮਣੇ ਹੈ ਕਿ ਜਿਹੜੀਆਂ ਤੁਸੀਂ ਅਬਜੈਕਸ਼ਨ ਭਰੋਗੇ ਇਹਦੇ ਵਿੱਚ 400 ਰੁਪਿਆ 450 ਜਰਨਲ ਕੈਟਾਗਰੀ ਦੇ ਇੱਕ ਉਮੀਦਵਾਰ ਤੋਂ ਲਿਆ ਜਾਏਗਾ ਜੇ ਤੁਸੀਂ ਦੋ ਕੁਐਸਚਨਾਂ ਤੇ ਅਬਜੈਕਸ਼ਨ ਲਾਉਨੇ ਹੋ ਤਾਂ ਹੋ ਸਕਦਾ ਤੁਹਾਡੇ 450 50 900 ਰੁਪਿਆ ਹੋ ਜਾਏਗਾ ਤਿੰਨ ਕੁਐਸਚਨ ਉਤੇ ਇਜੈਕਸ਼ਨ ਲਾਉਣੇ ਹੋ ਤੁਹਾਡਾ ਆ ਟ੍ਰਿਪਲ ਕਰ ਲਓ 450 ਦਾ ਠੀਕ ਹੈ ਤਾਂ ਇਸ ਤਰ੍ਹਾਂ ਬਹੁਤ ਜ਼ਿਆਦਾ ਫੀਸ ਰੱਖੀ ਹੈ ਬਿਲਕੁਲ ਇਸ ਚੀਜ਼ ਦਾ ਮੈਂ ਵਿਰੋਧ ਕਰਦਾ ਇਸ ਤੋਂ ਪਹਿਲਾਂ ਵੀ ਕਰਦਾ ਤੇ ਹੁਣ ਵੀ ਕਰਦਾ ਠੀਕ ਹੈ ਸੋ ਪੀਐਸਟੈਟ ਅਧੀਨ ਜਿਹੜੇ ਦੂਸਰੀਆਂ ਕੈਟਾਗਰੀਆਂ ਹੈਗੀਆਂ ਠੀਕ ਹੈ ਸੋ ਇਹਨਾਂ ਲਿਖਿਆ ਕਿ ਪੀਐਸਟੈਟ 2021 ਦੀ ਇਨ ਆਨਸਰ ਕੀਤੇ ਆਧਾਰਤ ਗ੍ਰੇਵੀਅਸ ਦੇਣ ਲਈ ਰਿਜ਼ਰਵ ਕੈਟਾਗਰੀ ਜਿਹੜੀਆਂ ਐਸਸੀ ਬੀਸੀ ਜਾਂ ਹੋਰ ਰਿਜ਼ਰਵ ਕੈਟਾਗਰੀ ਉਹਨਾਂ ਲਈ 300 ਰੁਪਏ ਫੀਸ ਰੱਖੀ ਗਈ ਆ ਤਾਂ ਐਕਸ ਸਰ ਸੈਲਫ ਓਨਲੀ ਬਿਨਾ ਫੀਸ ਤੋਂ ਅਪਲਾਈ ਕਰ ਸਕਦਾ ਹੈ ਕਹਿੰਦਾ ਮਤਲਬ ਵੀ ਉਹ ਜਿਹੜੀ ਆਪਣੀ ਆਬਜੈਕਸ਼ਨ ਹੈ ਉਹ ਬਿਨਾ ਫੀਸ ਤੋਂ ਅਪਲਾਈ ਕਰ ਸਕਦਾ ਹੈ ਠੀਕ ਹੈ ਸੋ ਜਲਦੀ ਹੀ ਜਿਹੜੇ ਸਾਧਨ ਨੇ ਤਰੀਕ ਦਿੱਤੀ ਹੈ ਕਿ 30 ਤੋਂ ਤੁਸੀਂ ਆਬਜੈਕਸ਼ਨ ਫਿਲ ਕਰ ਸਕਦੇ ਹੋ 30 ਤਰੀਕ ਤੋਂ ਤਾਂ ਇਸ ਦੇ ਅਕੋਰਡਿੰਗ ਅੱਜ ਈਵਨਿੰਗ ਤੱਕ ਜਾਂ ਕੱਲ ਮਾਰਨਿੰਗ ਤੱਕ ਜਿਹੜੀਆਂ ਤੁਹਾਡੀਆਂ ਆਨਸਰ ਕੀਆਂ ਆ ਜਾਣਗੀਆਂ ਠੀਕ ਹੈ ਅਫੀਸ਼ੀਅਲ ਅਨਸਰ ਕੀਆ ਤੁਹਾਡੇ ਕੋਡ ਦੇ ਅਕੋਰਡਿੰਗ ਤੁਹਾਡੇ ਪੇਪਰ ਦੇ ਸੈੱਟ ਦੇ ਅਕੋਰਡਿੰਗ ਅਪਲੋਡ ਹੋ ਜਾਣਗੇ ਤੇ ਜਦੋਂ ਵੀ ਅਫੀਸ਼ੀਅਲ ਅਨਸਰ ਕੀਆ ਆਉਣਗੇ ਤਾਂ ਉਸ ਦੀ ਜਲਦੀ ਤੋਂ ਜਲਦੀ ਜਾਣਕਾਰੀ ਲੈ ਕੇ ਤੁਹਾਡੇ ਨਾਲ ਸ਼ੇਅਰ ਕਰਾਂਗੇ ਔਰ ਕਿਹੜੇ ਕੁਐਸਚਨਾਂ 'ਤੇ ਤੁਸੀਂ ਗ੍ਰੇਸ ਲਾ ਸਕਦੇ ਹੋ ਔਰ ਕਿਹੜੇ ਕੁਐਸਚਨ ਦਾ ਉਹਨਾਂ ਨੇ ਕੀ ਅਨਸਰ ਦਿੱਤਾ ਹੋਊਗਾ ਤੋਂ ਆਪਾਂ ਵੈਰੀਫਾਈ ਕਰਕੇ ਉਸ ਤੋਂ ਬਾਅਦ ਆਪਾਂ ਜਿਨੇ ਵੀ ਗ੍ਰੇਸ ਮਾਰਕਸ ਨੂੰ ਉਹਨਾਂ 'ਤੇ ਚਰਚਾ ਕਰਾਂਗੇ ਸੋ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਵੱਧ ਤੋਂ ਵੱਧ ਇਸ ਵੀਡੀਓ ਨੂੰ ਸ਼ੇਅਰ ਕਰ ਦਿਓ ਲਾਈਕ ਕਰ ਦਿਓ ਮਿਲਾਂਗੇ ਕਿਸੇ ਹੋਰ ਵੀਡੀਓ 'ਚ ਨੈਕਸਟ ਪ੍ਰੋਸੈਸ ਕੀ ਰਹੇਗਾ ਸੋ ਥੈਂ